ਸੀਗੇ ਪਿੰਡ ਜੋੜੇ ਦੇ ਇੱਕ ਸਾਡਾ ਭਰਾ ਵਾ ਗੁਰਪ੍ਰੀਤ ਸਿੰਘ ਜਗਣੀ ਅਤੇ ਉਹਨਾਂ ਦੀ ਮੈਰਿਜ ਸੀ 2 ਤਰੀਕ ਦੇ ਘਰ ਲੱਗੇ ਮਿਸਤਰੀ ਅਤੇ ਕੰਮ ਚੱਲਣ ਡਿਆ ਸੀ ਅਤੇ ਦੁਪਹਿਰੇ ਰੋਟੀ ਦੇ ਟਾਈਮ ਗਰਮੀ 1 ਵਜੇ ਦੇ ਟਾਈਮ ਹੋਣਾ ਵਾ ਅਤੇ ਜਗਣੀ ਦਾ ਛੋਟਾ ਭਰਾ ਅਤੇ ਪੂਰਾ ਡੈਡੀ ਅਤੇ ਨਹਿਰ 'ਤੇ ਨਹਾਉਣ ਆਏ ਸੀ ਅਤੇ ਗਰਮੀ ਬਹੁਤ ਜ਼ਿਆਦਾ ਸੀ ਲਾਈਟ ਗਈ ਹੋਈ ਮੇਰੇ ਹਿਸਾਬ ਨਾਲ ਨਹਿਰ 'ਤੇ ਆ ਕੇ ਨਹਾਉਣ ਅਤੇ ਪਤਾ ਨਹੀਂ ਲੱਗਾ ਵੀ ਪਤਾ ਨਹੀਂ ਕੀ ਗੱਲ ਬਣੀ ਆ ਦੋਵਾਂ 'ਚ ਕੀ ਮਸਲਾ ਹੋਇਆ ਵਾ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਆ ਹੁਣ ਭਾਲ ਜਾ ਰਹੀ ਆ ਅਤੇ ਅਸੀਂ ਲੱਭਣ ਡਏ ਹਾਂ ਅਤੇ ਦੁਪਹਿਰੇ 2:30 ਵਜੇ ਤੋਂ ਲੱਭਦੇ ਹਾਂ 7 ਵੱਜ ਗਏ ਆ ਮੁੰਡੇ ਸਾਰੇ ਹੀ ਯਾਰ ਦੋਸਤ ਪਿੰਡ ਦੇ ਬੰਦੇ ਹੀ ਲੱਭਣ ਡਏ ਆ ਅਤੇ ਭਾਲ ਜਾ ਰਹੀ ਆ ਅਤੇ ਕੋਈ ਹਜੇ ਕੋਈ ਹੱਥ ਲੱਗਾ ਨਹੀਂ ਕੁਛ ਪੁਲਿਸ ਪ੍ਰਸ਼ਾਸਨ ਆਇਆ ਇੱਥੇ ਪੁਲਿਸ ਪ੍ਰਸ਼ਾਸਨ ਆਇਆ ਸੀ ਕੁਛ 10-20 ਮਿੰਟ ਲੱਗੇ ਕਾਗਜ਼ੀ ਕਾਰਵਾਈ ਕਰਕੇ ਉਹ ਬਿਆਨ ਲੈ ਕੇ ਚੱਲ ਗਏ ਕੀ ਨਾਮ ਸੀ ਕੀ ਐਡਰੈਸ ਪਾਇਆ ਸੀ ਇੱਦਾਂ ਵਗੈਰਾ ਵਗੈਰਾ ਹੋਰ ਕੁਛ ਖਾਸ ਗੱਲ ਨਹੀਂ ਕੀਤੀ ਮੁੜ ਕੇ ਚੱਲ ਗਏ ਉਹ ਭਾਲ ਜਿਹੜੇ ਪਿੰਡ ਦੇ ਲੋਕ ਕਰ ਰਹੇ ਆ ਭਾਲ ਸਾਰੇ ਯਾਰ ਦੋਸਤ ਰਿਸ਼ਤੇਦਾਰ ਪਿੰਡ ਦੇ ਲੋਕ ਹੀ ਕਰ ਰਹੇ ਆ ਛਾਲਾ ਮਾਰ ਕੇ ਰੱਸੇ ਪਾ ਕੇ 2 ਕਿਲੋਮੀਟਰ ਨਹਿਰ ਫੋਲ ਮਾਰੀ ਕੁਛ ਹੱਥ ਨਹੀਂ ਲੱਗਾ ਜੀ ਕਿੱਡੀ ਕੁ ਡੂੰਗੀ ਆ ਨਹਿਰ ਕਮ ਸੇ ਕਮ ਤੋਂ 20 ਫੁੱਟ 15-20 ਫੁੱਟ ਦੇ ਲਾਗੇ ਥੱਲੇ ਡੂੰਗੀ ਪੈਰ ਨਹੀਂ ਲੱਗਦਾ ਪਾਣੀ ਤੇਜ਼ ਆ ਪਾਣੀ ਬਹੁਤ ਜ਼ਿਆਦਾ ਤੇਜ਼ ਆ ਬਹੁਤ ਹੀ ਜ਼ਿਆਦਾ ਕੀ ਮੰਗ ਕਰਦੇ ਜੀ ਹੁਣ ਮੰਗ ਇਹੋ ਆ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹੋ ਆ ਵੀ ਸਾਡੀ ਗਰੀਬਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਕਿਹਾ ਵੀ ਮੰਗਾਏ ਜਾਣ ਟੋਬੇ ਵਗੈਰਾ ਤੋਂ ਆਏ ਨਹੀਂ ਹੁਣ ਆਏ ਆਪਣੇ ਪ੍ਰਾਈਵੇਟ ਮੰਗਾਏ ਹਰੀਕੇ ਤੋਂ ਆ ਰਹੇ ਆ ਅੱਧਾ ਘੰਟਾ ਹੋ ਗਿਆ ਫੋਨ ਕਰ ਕੀਤਾ ਵੇਟ ਕਰਦੇ ਗ੍ਰਾਹੀ ਕਰਕੇ ਭੈਣ ਭਰਾਵਾਂ ਦੇ ਸੰਯੋਗ ਨਾਲ ਤੇ ਉਹਨਾਂ ਨੂੰ ਮੰਗਾਇਆ ਵਾ ਤੇ ਫਿਰ ਵੇਖੋ ਕੀ ਹੁੰਦਾ ਅੱਗੇ ਦੀ ਕਾਰਵਾਈ ਬਾਅਦ ਹੀ ਪਤਾ ਲੱਗੂਗਾ ਕੁਝ ਕਹਿ ਨਹੀਂ ਸਕਦੀ ਆਪਣਾ ਭਰਾ ਸਿਕੰਦਰ ਸਿੰਘ ਉਹ ਤਾਂ ਲੜਕਾ ਗੁਰਦੇਵ ਸਿੰਘ ਇਹ ਘਰ ਅੱਜ ਮਿਸਤਰੀ ਲਾਇਆ ਇਹਨਾਂ ਨੇ ਮਕਾਨ ਬਣਾ ਰਹੇ ਆ ਉਹ ਮਕਾਨ ਬਣਾਉਂਦਾ ਬਣਾਉਂਦਾ ਜਦੋਂ ਦੁਪਹਿਰੇ ਰੋਟੀ ਖਾਣ ਗਏ ਚਲੇ ਗਏ ਮਿਸਤਰੀ ਉਹਨਾਂ ਕਹਿੰਦੇ ਦੋਵੇਂ ਜਾ ਕੇ ਨਹਾ ਕੇ ਤੇ ਹੁਣੇ ਵਾਪਸ ਆ ਜਾਂਦੇ ਹੈਗੇ ਜਦੋਂ ਉਹ ਨਹਾਉਣ ਆਏ ਆ ਤੇ ਜਦੋਂ ਉਹਨਾਂ ਦਾ ਇੰਤਜ਼ਾਰ ਕਿ ਉਹ ਮਤਲਬ ਕਿਤੇ ਰੁੜ ਗਏ ਹੈਗੇ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਬੰਦਾ ਭੇਜਿਆ ਪਿੱਛੇ ਵੇਖ ਕੇ ਉਹ ਹੁਣੇ ਕੋਈ ਜਦੋਂ ਵੇਖਿਆ ਤਾਂ ਕੱਪੜੇ ਬਾਹਰ ਪਏ ਤੇ ਦੋਨਾਂ ਚਪਲਾਂ ਵੇਖੀਆਂ ਤੇ ਪਤਾ ਲੱਗ ਗਿਆ ਵੀ ਉਹ ਰੁੜ ਗਏ ਹੈਗੇ ਕਿੰਨੀ ਕਿੰਨੀ ਉਮਰ ਇੱਕ ਦੀ ਉਮਰ ਜਿਹੜੀ ਭਰਾ ਸਾਡਾ ਉਹਦੀ 50 ਸਾਲ ਆ ਤੇ ਬੱਚੇ ਦੀ ਉਮਰ ਜਿਹੜੀ 16 ਤੋਂ 17 ਸਾਲ ਦੇ ਵਿੱਚ ਹਾਂਜੀ ਤੇ ਕਾਫੀ ਗਰੀਬ ਬੰਦੇ ਵਿਚਾਰੇ ਬੜੀ ਮੁਸ਼ਕਲ ਬੜੀ ਮਿਹਨਤ ਕਰਕੇ ਹੁਣ ਕੋਠੇ ਪਾਉਣ ਲੱਗਾ ਦੋ ਤੇ ਉਹ ਕੋਠਿਆਂ ਦਾ ਫਸਕਾ ਵੇਚ ਹੀ ਰਹਿ ਗਿਆ ਉਹਦਾ ਕਿੰਨੇ ਕੁ ਵਜੇ ਦੀ ਘਟਨਾ ਹੈ ਇਹ ਘਟਨਾ 1 ਵਜੇ ਦੀ ਹੋਈ ਹੈ ਤੇ ਹੁਣ ਲੱਭ ਰਿਹਾ ਇਹਨਾਂ ਨੂੰ ਲੱਭ ਰਹੇ ਜਦੋਂ ਤੇ ਸਾਡੇ ਮੁੰਡੇ ਪਿੰਡ ਵਾਲੇ ਬੱਚੇ ਬਹੁਤ ਮਿਹਨਤ ਕਰ ਰਹੇ ਆ ਬੜਾ ਛਾਲਾ ਮਾਰਦੇ ਪਰ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਾ ਇਸ ਸੰਬੰਧੀ ਸੂਚਿਤ ਕੀਤਾ ਗਿਆ ਇਹ ਪੁਲਿਸ ਨੂੰ ਸੂਚਿਤ ਕੀਤਾ ਜੀ ਨਿਸ਼ਰੇ ਪੰਜਵਾਂ ਪੁਲਿਸ ਨੂੰ ਉਸੇ ਟਾਈਮ ਦਰਖਾਸਤ ਫੋਨ ਤੇ ਦਿੱਤੀ ਆਏ ਪੁਲਿਸ ਵਾਲੇ ਵੀ ਆਏ ਸੀ SHO ਸਾਹਿਬ ਵੀ ਆਏ ਹੈਗੇ ਤੇ ਹੋ ਕੇ ਚਲੇ ਗਏ ਜਿਹੜੀ ਮਦਦ ਆ ਉਹ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਮਦਦ ਤੇ ਹੁਣ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਰਲ ਕੇ ਅਸੀਂ ਰੁਪਇਆ